ਸਤਿ ਸ਼੍ਰੀ ਅਕਾਲ ਜੀ, ਤੁਹਾਡਾ 1 ਮਿੰਟ ਲੈ ਰਿਹਾ ਜੀ ਕਿ ਮੇਰੇ ਕੋਲ ਜੀ ਸਮਾਂ ਅਜੇ ਘੱਟ ਹੁੰਦਾ। ਜੂਨ ਦੀਆਂ ਛੁੱਟੀਆਂ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਜੀ ਕਿ ਪੇਪਰ ਜਿਹੜਾ ਤੁਹਾਡਾ ਹੁੰਦਾ ਕੀ ਉਹਦਾ ਸਿਸਟਮ ਹੁੰਦਾ। 16-17 ਵਾਲੇ ਪੇਪਰ ਮੰਗ ਰਹੇ ਹੋ ਜੀ, ਉਹ ਵੀ 3-4 ਘੰਟੇ ਭਾਲਦੇ ਆ ਜੀ। ਵੈਸੇ ਪੇਪਰ ਕਰਨ ਬੈਠ ਜੀ 2.5 ਘੰਟੇ ਲੱਗ ਜਾਂਦੇ ਆ। ਵੀਡੀਓ ਬਣਾਉਣੀ, ਤੁਹਾਨੂੰ ਬੋਲ ਬੋਲ ਦੱਸਣਾ, ਸਮਝਾਉਣਾ, ਠੀਕ ਹੈ ਜੀ, ਉਹ ਕਾਫੀ ਸਮੇਂ ਦੀ ਮੰਗ ਕਰਦਾ। ਜੂਨ ਦੇ ਵਿੱਚ ਤੁਹਾਨੂੰ ਮਿਲੇਗਾ ਜੀ, ਠੀਕ ਹੈ। ਸਬਰ ਰੱਖਿਆ ਕਰੋ, ਮੇਰਾ ਮਕਸਦ ਅਜੇ ਇਹ ਹੈ ਕਿ ਤੁਹਾਨੂੰ ਪੜ੍ਹਾਈ ਦੇ ਨਾਲ ਜੋੜ ਕੇ ਰੱਖਾਂ। ਤੁਸੀਂ ਕੱਛੂ ਕੰਮੇ ਦੇ ਵਾਂਗ ਚੱਲਦੇ ਰਹੋ, ਖਰਗੋਸ਼ ਵਾਲੀਆਂ ਛਾਲਾਂ ਮਾਰਨੀਆਂ ਤਾਂ ਮੇਰੇ ਕੋਲ ਇਹ ਕੰਮ ਨਹੀਂ ਜੀ, ਠੀਕ ਹੈ। ਮੇਰੇ ਕੋਲ ਤਾਂ ਬੜਾ ਸਬਰ ਜਿਹਾ ਵਾਲਾ ਸਟੂਡੈਂਟ ਕੱਟੂਗਾ। ਅਤੇ ਇੱਕ ਗੱਲ ਤੁਸੀਂ ਧਿਆਨ ਦੇ ਨਾਲ ਸੁਣ ਲਓ, ਜਿਹੜੇ ਕਹਿ ਰਹੇ ਆ ਕਿ ਪੇਪਰ ਦਾ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ, ਕਿ ਪੇਪਰ ਹੋਣਾ ਹਰ ਹਾਲਤ ਦੇ ਵਿੱਚ ਹੋਣਾ, ਠੀਕ ਹੈ ਜੀ। ਅਤੇ ਤੁਸੀਂ ਆਪਣੀ ਕੰਡੀਸ਼ਨ ਦੇਖੋ ਕਿਸ ਤਰ੍ਹਾਂ ਦੀ ਹੈ ਤੁਹਾਡੀ ਕੰਡੀਸ਼ਨ, ਕਿ ਟੈਟ ਦੇ ਪੇਪਰ ਵਿੱਚ ਤੁਹਾਡੇ ਉੱਪਰ 15,000 ਸਟੂਡੈਂਟ ਬੈਠਾ ਕਿ 20,000 ਸਟੂਡੈਂਟ ਬੈਠਾ ਕਿ 10,000 ਸਟੂਡੈਂਟ ਬੈਠਾ। ਹੋ ਸਕਦਾ 5,000 ਸਟੂਡੈਂਟ ਹੋਵੇ ਜਾਂ 2,500 ਸਟੂਡੈਂਟ ਹੋਵੇ। ਕੀ ਤੁਹਾਨੂੰ ਸਬਜੈਕਟ ਪੇਪਰ ਦੇ ਵਿੱਚ ਉਹ ਤੁਹਾਨੂੰ ਆਪਣੇ ਤੋਂ ਅੱਗੇ ਨਿਕਲਣ ਦੇਵੇਗਾ? ਜ਼ਿਆਦਾ ਨੰਬਰ ਲੈਣ ਦੇਣਗੇ? ਉਹ ਤੁਹਾਨੂੰ ਕਦੇ ਵੀ ਨਹੀਂ ਲੈਣ ਦੇਣਗੇ। ਅਤੇ ਉਹਦੇ ਵਿੱਚ ਪਾਸ ਨਹੀਂ ਹੋਣਾ ਹੁੰਦਾ, ਠੀਕ ਹੈ। ਜਿਹੜੇ ਨਵੇਂ ਸਟੂਡੈਂਟ ਪਾਸ ਹੋਇਆ, ਮੇਰੀ ਧਿਆਨ ਦੇ ਨਾਲ ਗੱਲ ਸੁਣ ਲਓ, ਤੁਹਾਨੂੰ ਕਿਸੇ ਦਿਨ ਫ੍ਰੀ ਟਾਈਮ ਪੂਰਾ ਡਿਟੇਲ ਦੇ ਵਿੱਚ ਦੱਸੂਗਾ ਤੁਹਾਨੂੰ ਬਰੀਕੀ ਦੇ ਵਿੱਚ ਕਿ ਕਿਵੇਂ ਕਿਵੇਂ ਉਹਦੇ ਵਿੱਚੋਂ ਟੀਚਰ ਰੱਖੇ ਜਾਂਦੇ ਆ, ਕਿਵੇਂ ਮੈਟ ਬਣਦੀ ਆ। ਪਰ ਮੋਟਾ ਮੋਟਾ ਜਿਹਾ ਦੇਖ ਲਓ ਕਿ ਜੇ ਪੰਜਾਬੀ ਦੀਆਂ ਵੱਧ ਤੋਂ ਵੱਧ 500 ਪੋਸਟ ਆ ਗਈ ਨਾ, ਤਾਂ ਤੁਸੀਂ ਉੱਪਰਲੇ 500 ਵਿੱਚ ਚਾਹੀਦੇ ਹੋ, ਫਿਰ ਤੁਹਾਡਾ ਨੰਬਰ ਆਉਣਾ। ਚਾਹੇ ਤੁਹਾਡੇ ਨੰਬਰ 120 ਆ, ਪਰ ਜੇ ਉੱਪਰਲੇ 500 ਦੇ ਵਿੱਚ ਨਹੀਂ ਤਾਂ ਤੁਹਾਡੇ ਨੰਬਰ 0 ਦੇ ਬਰਾਬਰ ਆ, ਠੀਕ ਹੈ ਜੀ। ਤੁਹਾਨੂੰ ਫ੍ਰੀ ਟਾਈਮ ਦੱਸੂਗਾ ਜੀ, ਇਹ ਇੰਨੀ ਛੇਤੀ ਕਰਨ ਵਾਲੀਆਂ ਗੱਲਾਂ ਨਹੀਂ। ਅੱਜ ਦਾ ਪਹਿਲਾ ਪ੍ਰਸ਼ਨ ਕਰਦੇ ਹਾਂ ਜੀ। ਅਤੇ ਅੱਜ ਵਾਲੇ ਜਿਹੜੇ ਪ੍ਰਸ਼ਨ ਆ ਕਾਫੀ ਜ਼ਿਆਦਾ ਧਿਆਨ ਦੀ ਮੰਗ ਕਰਦੇ ਆ, ਇਹ ਮੈਂ ਇਸ ਲਈ ਲੈ ਕੇ ਆਇਆ ਕਿ ਤੁਸੀਂ ਇਸ ਪ੍ਰਸ਼ਨਾਂ ਨੂੰ ਸਮਝ ਲਓ। ਅਤੇ ਇਸ ਤਰ੍ਹਾਂ ਦਾ ਪ੍ਰਸ਼ਨ ਇਹ ਤਾਂ ਨਹੀਂ ਆਉਣਾ ਬਣਿਆ ਤਣਿਆ ਮੇਰਾ ਪ੍ਰਸ਼ਨ, ਠੀਕ ਹੈ ਜੀ, ਜਿਹੜੇ ਲਾਸਟ ਦੇ 5 ਲਏ ਆ, ਪਰ ਇਹਨਾਂ ਵਰਗੇ ਪ੍ਰਸ਼ਨ ਆਉਣਗੇ, ਤੁਹਾਨੂੰ ਪਤਾ ਲੱਗ ਜੇ ਕਿ ਹਾਂ ਇਹ ਇਸ ਤਰ੍ਹਾਂ ਕਰਨੇ ਆ। ਅਤੇ ਅੱਜ ਵਾਲੀ ਵੀਡੀਓ ਜੀ ਵੈਰੀ ਇੰਪੋਰਟੈਂਟ ਵੀਡੀਓ ਆ ਮੇਰੇ ਵੱਲੋਂ, ਠੀਕ ਹੈ ਜੀ, ਕਿ ਹੋ ਸਕਦਾ ਕਿ ਇਸੇ ਵੀਡੀਓ ਦੇ ਵਿੱਚੋਂ ਇੱਕ ਪ੍ਰਸ਼ਨ ਹੋਵੇ ਤੁਹਾਡੇ ਪੇਪਰ ਵਿੱਚ, ਮੈਨੂੰ ਇੰਨਾ ਵਿਸ਼ਵਾਸ ਹੈ। ਤੂੰ ਮੇਰਾ ਪਿਤਾ ਤੂੰ ਹੈ ਮਾਤਾ, ਕਿਸ ਗੁਰੂ ਦੀ ਬਾਣੀ ਹੈ? ਇਹ ਜਿਹੜਾ ਸ਼ਬਦ ਆ ਤੁਸੀਂ ਸੁਣਿਆ ਹੋਣਾ, ਬੱਚੇ ਆਮ ਹੀ ਸਕੂਲਾਂ ਦੇ ਵਿੱਚ ਬੋਲਦੇ ਆ। ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਆ ਜੀ, ਅਤੇ ਰਾਗ ਵੀ ਪੁੱਛਿਆ ਜਾਂਦਾ ਬਾਣੀ ਦਾ, ਇਹ ਹੈਗਾ ਰਾਗ ਮਾਝ ਦੇ ਵਿੱਚ। ਸਾਰੇ ਰਾਗ ਯਾਦ ਕਰਨ ਦੀ ਲੋੜ ਨਹੀਂ ਜੀ, ਜਿਹੜੇ ਆਮ ਤੁਸੀਂ ਬਾਣੀ, ਸੁਖਮਣੀ, ਜਪਜੀ ਸਾਹਿਬ ਜਿਹੜੇ ਸ਼ਬਦ ਸਕੂਲਾਂ ਵਿੱਚ ਬੋਲੇ ਜਾਂਦੇ ਆ, ਠੀਕ ਹੈ ਜੀ, ਉਹਨਾਂ ਦੇ ਯਾਦ ਰੱਖਣੇ ਆ। 12 ਮਾਹ ਹੋ ਗਏ, ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪੂਰਾ ਤੁਹਾਨੂੰ ਅਧਿਐਨ ਕਰਨਾ ਪਊਗਾ ਜੀ, ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਬੜੇ ਡੀਪਲੀ ਜਾਣਾ ਪਊਗਾ ਤੁਹਾਨੂੰ। ਰਾਗ ਹੈਗਾ ਜੀ ਮਾਝ, ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਬਦ ਆ, ਤੂੰ ਮੇਰਾ ਪਿਤਾ ਅਤੇ ਤੂੰ ਮੇਰਾ ਮਾਤਾ, ਨੱਚ ਨੱਚਣ ਨੱਚ ਨਾ ਜਾਣੀ ਆਖੇ ਭੂ ਸੌੜੀ। ਇਹ ਪ੍ਰਸਿੱਧ ਤੁਕਾਂ ਪੰਜਾਬੀ ਜਨ ਜੀਵਨ ਵਿੱਚ ਆਮ ਵਰਤੀਆਂ ਜਾਂਦੀਆਂ ਇਹ ਤੁਕਾਂ, ਨੱਚਣ ਨੱਚ ਨਾ ਜਾਣੀ ਆਖੇ ਭੂ ਸੌੜੀ, ਭਾਈ ਗੁਰਦਾਸ ਦੀਆਂ ਤੁਕਾਂ, ਠੀਕ ਹੈ ਜੀ। ਇਹਨਾਂ ਵਿੱਚ ਇਹੀ ਮਹਾਨਤਾ ਕਿ ਇਹ ਤੁਕਾਂ ਅੱਜ ਪੰਜਾਬੀ ਦੇ ਵਿੱਚ ਆਮ ਪ੍ਰਚਲਿਤ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਲੇਖਕ ਦੀਆਂ ਇਹ ਤੁਕਾਂ ਜੀ। ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ ਦਮੋਦਰ ਨੂੰ ਕਿਹਾ ਜਾਂਦਾ ਹੈ, ਦਮੋਦਰ ਆ ਜਿਹੜਾ ਜੀ ਪੰਜਾਬੀ ਕਿੱਸੇ ਦਾ ਪਿਤਾ ਹੈ। ਛੰਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 3 ਤਰ੍ਹਾਂ ਦੇ ਹੁੰਦੇ ਆ, ਮਾਤ੍ਰਿਕ ਛੰਦ, ਵਰਣਿਕ ਛੰਦ ਅਤੇ ਗਣ ਛੰਦ। 3 ਤਰ੍ਹਾਂ ਦੇ ਹੋ ਗਏ ਜੀ, ਗੱਗਾ, ਨਾਣਾ, ਗਣ।
ਵਰਣ ਕੇ ਛੰਦ ਵਿੱਚ ਅੱਖਰ ਗਿਣੇ ਜਾਂਦੇ ਆ ਜੀ, ਮਾਤਰਿਕ ਛੰਦ ਵਿੱਚ ਮਾਤਰਾਂ ਅਤੇ ਗਣ ਵਿੱਚ ਗਣਾਂ ਦੀ ਗਿਣਤੀ ਹੁੰਦੀ ਹੈ। ਕਿਹੜਾ ਛੰਦ ਪੰਜਾਬੀ ਦਾ ਆਪਣਾ ਛੰਦ ਹੈ? ਕੋਰੜਾ ਛੰਦ, ਇਹ ਪੰਜਾਬੀ ਦਾ ਛੰਦ ਹੈ ਜੀ, ਠੀਕ ਹੈ। ਕੋਰੜਾ ਕੋਰੜਾ ਛੰਦ ਹੈ, ਵਰਣਿਕ ਛੰਦ ਹੈ। ਵਰਣਿਕ ਦੇ ਵਿੱਚ ਵਰਣ ਗਿਣੇ ਜਾਂਦੇ, ਜਿਵੇਂ ਕੱਕਾ ਇੱਕ, ਹਾਹਾ ਦੋ, ਰਾੜਾ ਤਿੰਨ, ਆ ਕੰਨੇ ਸਿਹਾਰੀਆਂ ਵਿਹਾਰੀਆਂ ਨਹੀਂ ਗਿਣੀਆਂ ਜਾਂਦੀਆਂ ਵਰਣਿਕ ਦੇ ਵਿੱਚ। ਮਾਤਰਾ ਦੇ ਵਿੱਚ ਮਾਤਰਾ ਗਿਣੀਆਂ ਜਾਂਦੀਆਂ, ਪਰ ਮਾਤਰਾ ਦੇ ਵਿੱਚ ਵੀ ਲਘੂ ਅਤੇ ਦੀਰਘ ਹੁੰਦੀਆਂ, ਉਹਦੇ ਵਿੱਚ ਤਿੰਨ ਮਾਤਰਾ ਨਹੀਂ ਗਿਣੀਆਂ ਜਾਂਦੀਆਂ, ਬਾਕੀ ਮਾਤਰਾ ਗਿਣੀਆਂ ਜਾਂਦੀਆਂ। ਮਤਲਬ ਆਪਾਂ ਕਿਵਤਾ ਦੇ ਵਿੱਚ ਦੇਖਣੀ ਹੋਵੇ ਕਿੰਨੀਆਂ ਮਾਤਰਾ ਅਗਲੀ ਲਾਈਨ ਵਿੱਚ ਕਿੰਨੀਆਂ ਮਾਤਰਾ ਅਸੀਂ ਲੈਣੀਆਂ ਕਿ ਸਾਡੀ ਜਿਹੜੀ ਕਿਰਤ ਪੂਰੀ ਤੋਲ ਤਕਾਨ 'ਤੇ ਖਰੀ ਉਤਰੇ, ਤਾਂ ਤੁਹਾਨੂੰ ਦੱਸਾਂ ਕਿ ਮੁਕਤਾ, ਸਿਹਾਰੀ ਅਤੇ ਔਂਕੜ ਇਹ ਜਿਹੜਾ ਮਾਤ੍ਰਿਕ ਛੰਦ ਆ ਉਹਦੇ ਵਿੱਚ ਨਹੀਂ ਗਿਣੇ ਜਾਂਦੇ। ਦਿਲ ਵਿੱਚ ਵਸਾ ਲਿਆ ਹੈ ਤੇਰੇ ਗਮ ਨੂੰ ਜਾਨ ਵਾਂਗ, ਇਹ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਦੀ ਤੁਕ ਤੁਹਾਨੂੰ ਆ ਸਕਦੀ ਹੈ, ਹੋ ਸਕਦਾ ਇਹ ਨਾ ਵੀ, ਪਰ ਇਹਦੇ ਨਾਲ ਮਿਲਦੀ ਜੁਲਦੀ ਆ ਜੀ। ਦਿਲ ਵਿੱਚ ਵਸਾ ਲਿਆ ਹੈ ਤੇਰੇ ਗਮ ਨੂੰ ਜਾਨ ਵਾਂਗ, ਤੁਕਾਂ ਵਿੱਚ ਕਿਹੜਾ ਅਲੰਕਾਰ ਹੈ? ਠੀਕ ਹੈ ਜੀ, ਉਪਮਾ ਅਲੰਕਾਰ, ਅਤੇ ਉਪਮਾ ਅਲੰਕਾਰ ਦੀ ਨਿਸ਼ਾਨੀ ਇਹ ਵਾਲੀ ਹੁੰਦੀ ਆ ਕਿ ਇਹਦੇ ਵਿੱਚ ਇਸ ਤਰ੍ਹਾਂ ਦਾ ਸ਼ਬਦ ਲੈਣ ਦੇ ਵਿਚਕਾਰ ਜਾਂ ਸ਼ੁਰੂ ਦੇ ਵਿੱਚ ਜਾਂ ਅਖੀਰ ਦੇ ਵਿੱਚ ਹੁੰਦਾ ਹੈ, ਵਾਂਗ, ਵਾਂਗੂ, ਜਿਵੇਂ, ਜੀਕਰ, ਠੀਕ ਹੈ ਜੀ, ਇਸ ਤਰ੍ਹਾਂ ਦਾ, ਉਹਦੇ ਵਰਗਾ, ਮਤਲਬ ਤੁਲਨਾ ਕਰਨ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਹੋਊਗਾ, ਵਾਂਗ, ਵਾਂਗੂ, ਜੀਕਰ, ਜਿੱਦਾਂ, ਜਿਉਂ, ਜਿਉਂ, ਠੀਕ ਹੈ ਜੀ। ਫਿਰ ਹੁੰਦਾ ਉਪਮਾ ਅਲੰਕਾਰ, ਅਤੇ ਜੇ ਇਹ ਸ਼ਬਦ ਨਾ ਹੋਵੇ ਜਿਹਦੇ ਨਾਲ ਤੁਲਨਾ ਕੀਤੀ ਆ ਦੋ ਸ਼ਬਦਾਂ ਦੇ ਵਿਚਾਲੇ, ਫਿਰ ਬਣ ਜਾਂਦਾ ਰੂਪਕ। ਆਹ ਕਿ ਯਾਦ ਕਰ ਲਓ, ਵਾਂਗ, ਵਾਂਗੂ, ਜਿਕਰ, ਜਿਉਂ, ਜਿਵੇਂ, ਇਹ ਆ ਜੇ ਅਲੰਕਾਰ ਵਿੱਚ ਤਾਂ ਉਪਮਾ ਅਲੰਕਾਰ ਬਣ ਜਾਂਦਾ। ਮੜੀ ਦਾ ਦੀਵਾ ਨਾਵਲ ਕਿਸ ਦੀ ਰਚਨਾ ਹੈ? ਗੁਰਦਿਆਲ ਰਾਹੀ, ਗੁਰਦਿਆਲ ਸਿੰਘ। ਅਤੇ ਨੋਟ ਇਹੀ ਕਰਨਾ ਸੀ ਤੁਸੀਂ ਜੀ ਕਿ ਜੈਤੋ ਦੇ ਰਹਿਣ ਵਾਲੇ ਆ, ਇਸ ਲਈ ਮੈਂ ਜੈਤੋ ਲਾ ਤਾ। ਅਤੇ ਨੋਟ ਜਿਹੜਾ ਵੈਰੀ ਵੈਰੀ ਇੰਪੋਰਟੈਂਟ ਆ, ਅਸਲ ਦੇ ਵਿੱਚ ਉਹ ਹੈਗਾ ਕਿ ਗੁਰਦਿਆਲ ਤਿੰਨ ਦੇ ਕਰੀਬ ਵੈਰੀ ਇੰਪੋਰਟੈਂਟ ਆ, ਗੁਰਦਿਆਲ ਖੋਸਲਾ, ਗੁਰਦਿਆਲ ਫੁੱਲ ਅਤੇ ਗੁਰਦਿਆਲ ਸਿੰਘ, ਇਹ ਤੁਹਾਨੂੰ ਅਲੱਗ ਅਲੱਗ ਸਮਝ ਕੇ ਯਾਦ ਕਰਨੇ ਪੈਣਗੇ। ਚਾਰ ਪੰਜ ਲੈਟਰ ਬਹੁਤ ਜ਼ਿਆਦਾ ਉਲਝਦੇ ਆ, ਗੁਰਚਰਨ, ਗੁਰਚਰਨ, ਅਤੇ ਇੱਕ ਗੁਰਸ਼ਰਨ, ਠੀਕ ਹੈ ਜੀ, ਹਰਚਰਨ, ਇਹ ਬਹੁਤ ਜ਼ਿਆਦਾ ਉਲਝਦੇ ਆ ਜੀ, ਠੀਕ ਆ। ਇਹਦੇ ਵਿੱਚ ਉਲਝਣ ਵਾਲਾ ਕੋਈ ਕੰਮ ਨਹੀਂ ਜੀ। ਗੁਰਦਿਆਲ ਜਿਹੜੇ ਰਾਹੀ ਆ, ਜੈਤੋ ਆ, ਜਾਂ ਗੁਰਦਿਆਲ ਸਿੰਘ, ਇਹਨਾਂ ਦਾ ਨਾਮ ਇਹ ਨਾਵਲਾਂ ਦੇ ਵਿੱਚ ਇਹਨਾਂ ਦਾ ਨਾਮ ਹੈ, ਅਤੇ ਜਿਹੜੇ ਦੂਜੇ ਗੁਰਦਿਆਲ ਖੋਸਲਾ ਅਤੇ ਫੁੱਲ ਵਰਗੇ ਆ, ਉਹ ਥੋੜ੍ਹਾ ਜਿਹਾ ਨਾਟਕ ਇਕਾਂਗੀ ਵਾਲੇ ਆ। ਅਤੇ ਮੜੀ ਦਾ ਦੀਵਾ ਯਾਦ ਰੱਖੋ ਜੀ, ਇਹਦੇ ਉੱਪਰ ਫਿਲਮ ਵੀ ਬਣੀ ਆ। ਇਹ ਜਿਹੜਾ ਹੈਗਾ ਨਾਵਲ, ਇਹ ਯਥਾਰਥਵਾਦੀ ਨਾਵਲ ਹੈ ਅਤੇ ਪਹਿਲਾ ਨਾਵਲ ਹੈ ਜੀ ਗੁਰਦਿਆਲ ਦਾ। ਭਗਤ ਰਵਿਦਾਸ ਜੀ ਦੇ ਗੁਰੂ ਦਾ ਕੀ ਨਾਮ ਸੀ? ਅਗਲਾ ਫੇਰ ਆ ਗਿਆ ਜੀ, ਬਹੁਤ ਉਲਝਦੇ ਆ ਸਟੂਡੈਂਟ। ਸੌਖੇ ਪ੍ਰਸ਼ਨ ਆ ਜੀ, ਸੌਖੇ ਪ੍ਰਸ਼ਨਾਂ ਵਿੱਚ ਜ਼ਿਆਦਾ ਉਲਝਦੇ ਆ। ਰਾਮਾਨੰਦ, ਰਾਮਾਨੁਜ, ਠੀਕ ਹੈ ਜੀ, ਇਹਨਾਂ ਵਿੱਚ ਨਹੀਂ ਉਲਝਣਾ। ਅੱਜ ਤੁਹਾਨੂੰ ਰਾਮਾਨੰਦ ਕਰਵਾ ਰਿਹਾ, ਅਤੇ ਇਹ ਗੁਰੂ ਭਗਤ ਰਵਿਦਾਸ ਦੇ ਗੁਰੂ ਆ, ਠੀਕ ਹੈ ਜੀ। ਜਾਂ ਪੁੱਛਿਆ ਹੋ ਸਕਦਾ ਹੈ ਕਿ ਆਪਣਾ ਜੋ ਭਗਤ ਰਵਿਦਾਸ ਜੀ ਆ, ਇਹ ਕਿਸ ਦੇ ਚੇਲੇ ਸਨ? ਫਿਰ ਸੀਗੇ ਚੇਲੇ ਰਾਮਾਨੰਦ ਦੇ। ਇਹ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਇਸ ਨੂੰ ਯਾਦ ਕਰਨਾ ਕਰ ਲਓ ਜੀ, ਠੀਕ ਹੈ। ਮੈਂ ਤੁਹਾਡੇ ਕੋਲ ਇੱਕ ਵਾਰੀ ਪ੍ਰਸ਼ਨ ਲੈ ਆਇਆ ਕਿ ਰਾਮਾਨੰਦ ਅਤੇ ਰਾਮਾਨੁਜ ਵਿੱਚ ਨਹੀਂ ਉਲਝਣਾ ਤੁਸੀਂ, ਉਹਨਾਂ ਦੋਨਾਂ ਦੇ ਹੀ ਚੇਲੇ ਪੁੱਛੇ ਜਾਂਦੇ ਆ। ਅੱਜ ਤੁਹਾਨੂੰ ਭਗਤ ਰਵਿਦਾਸ ਜੀ ਦਾ ਕਰਵਾਤਾ। ਤੇਰਾ ਕੀ ਆ ਮੀਠਾ ਲਾਗੇ, ਕਿਸ ਗੁਰੂਆਂ ਨਾਲ ਸੰਬੰਧਿਤ ਤੁਕਾਂ ਜੀ? ਠੀਕ ਹੈ, ਇਹ ਗੁਰੂ ਹੈਗੇ ਆ ਗੁਰੂ ਅਰਜਨ ਦੇਵ ਜੀ। ਤੇਰਾ ਕੀ ਆ ਮੀਠਾ ਲਾਗੇ, ਹਰ ਨਾਨਕ ਨਾਮ ਪਦਾਰਥ ਮਾਂਗੇ। ਯਾਦ ਰੱਖੋ ਜੀ, ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਠੀਕ ਹੈ। ਤੱਤੀ ਤਵੀ 'ਤੇ ਬੈਠੇ ਆ, ਉਚਾਰਨ ਕਰ ਰਹੇ ਆ, ਤੇਰਾ ਕੀ ਆ ਮੀਠਾ ਲਾਗੇ। ਬਾਰਾਂ ਮਾਂ ਗੁਰੂ ਅਰਜਨ ਦੇਵ ਜੀ ਹੈ,
ਜਿਹੜਾ ਗੁਰੂ ਅਰਜਨ ਦੇਵ ਜੀ ਨੇ 12 ਮਾਹ ਲਿਖਿਆ ਨਾ ਜੀ, ਉਹਦੇ ਵਿੱਚ ਸਾਨੂੰ ਦਿੱਤਾ ਗਿਆ ਉਪਦੇਸ਼। ਪਰ ਜਿਹੜਾ 12ਵਾਂ ਮਾਹ ਹੈਗਾ ਆਪਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉਹਦੇ ਵਿੱਚ ਸਾਨੂੰ ਦਿੱਤੀ ਗਈ ਆ ਪ੍ਰੇਰਨਾ, ਉਹ ਹੈਗਾ ਪ੍ਰੇਰਨਾਤਮਿਕ, ਅਤੇ ਗੁਰੂ ਅਰਜਨ ਦੇਵ ਜੀ ਵਾਲਾ ਤੁਸੀਂ ਯਾਦ ਰੱਖਣਾ ਜੀ, ਇਹ ਹੈਗਾ ਉਪਦੇਸ਼ ਆਤਮਿਕ। ਪੁੱਛਿਆ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲਾ ਹੀ ਜਾਣਾ, ਜਿਹਦੇ ਵਿੱਚ ਸਾਨੂੰ ਦਿੱਤੀ ਗਈ ਆ ਪ੍ਰੇਰਨਾ, ਠੀਕ ਹੈ ਜੀ। ਵੈਸੇ ਯਾਦ ਰੱਖੋ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਰੀ ਉਮਰ ਹੀ ਪ੍ਰੇਰਨਾ ਦਿੱਤੀ ਆ, ਉਦਾਸੀਆਂ ਕੀਤੀਆਂ, ਲੋਕਾਂ ਨੂੰ ਪ੍ਰੇਰਦੇ ਰਹੇ ਆ ਵੀ ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਨਾ ਕਰੋ, ਇਸ ਤਰ੍ਹਾਂ ਕਰ ਲਓ। ਅਗਲਾ ਹੈਗਾ ਗੁਰੂ ਨਾਨਕ ਦੇਵ ਜੀ ਦਾ 12ਵਾਂ ਮਾਹ ਕਿਸ ਰਾਗ ਵਿੱਚ ਹੈ, ਫਿਰ ਰਾਗ ਵਿੱਚ ਵੀ ਨਹੀਂ ਉਲਝਣਾ, ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਰਾਗ ਹੈ 12ਵਾਂ ਮਾਹ ਦਾ, ਉਹ ਹੈਗਾ ਤੁਖਾਰੀ ਰਾਗ। ਇਹ ਤਾਂ ਪੁੱਛਿਆ ਜਾ ਚੁੱਕਿਆ ਇੱਕ ਵਾਰ, ਹੁਣ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਗੁਰੂ ਅਰਜਨ ਦੇਵ ਜੀ ਦਾ 12ਵਾਂ ਮਾਹ, ਉਹ ਹੈਗਾ ਮਾਝ ਰਾਗ ਦੇ ਵਿੱਚ, ਜਿਹੜਾ ਆਪਾਂ ਸਟਾਰਟਕ 'ਤੇ ਰਾਗ ਕੀਤਾ ਮਾਝ ਰਾਗ ਉਸ ਦੇ ਵਿੱਚ ਹੈ। ਅਗਲਾ ਦੇਖੋ ਵੈਰੀ ਵੈਰੀ ਇੰਪੋਰਟੈਂਟ, ਵਾਰ ਜੈਤ ਸ਼੍ਰੀ ਦੀ ਕਿਸ ਗੁਰੂ ਦੀ ਬਾਣੀ ਹੈ? ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਇਹ ਵੈਰੀ ਇੰਪੋਰਟੈਂਟ ਇਸ ਲਈ ਹੈ ਕਿ ਇਹਦੇ ਵਿੱਚ 3 ਭਾਸ਼ਾਵਾਂ ਦੇ ਉੱਪਰ ਪ੍ਰਯੋਗ ਕੀਤਾ ਗਿਆ, ਪੰਜਾਬੀ, ਲਹਿੰਦੀ, ਸੰਸਕ੍ਰਿਤੀ। ਸਲੋਕ 3 ਭਾਸ਼ਾਵਾਂ ਵਿੱਚ ਅਲੱਗ ਅਲੱਗ ਹੈ, ਇਹਦੇ ਵਿੱਚ ਭਾਸ਼ਾਵਾਂ ਵੀ ਪੁੱਛੀਆਂ ਜਾ ਸਕਦੀਆਂ, ਠੀਕ ਹੈ ਜੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ? 30 ਮਈ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਸੰਨ ਇਸ ਲਈ ਨਹੀਂ ਕੀਤਾ ਜੀ, ਤਾਂ ਤੁਸੀਂ ਫਿਰ ਸੰਨ 'ਤੇ ਜ਼ੋਰ ਦੇ ਦੇਣਾ ਸੀ ਸਾਰਾ ਯਾਦ ਕਰਨ 'ਤੇ, ਆਪਾਂ ਤਰੀਕ ਯਾਦ ਕਰਨੀ ਹੈ। ਸੰਨ ਤਾਂ 1606, ਤੁਹਾਨੂੰ ਯਾਦ ਆ ਸਭ ਨੂੰ, ਬਹੁਤ ਵਾਰ ਪੇਪਰਾਂ ਵਿੱਚ ਪੁੱਛਿਆ ਗਿਆ, ਯਾਦ ਕਰਵਾ ਦਿੱਤਾ ਜੀ। ਤੁਸੀਂ ਨਵੇਂ ਹੋ, ਤੁਹਾਨੂੰ ਲੱਗਦਾ ਕਿ ਸ਼ਾਇਦ ਔਖਾ, ਬੜਾ ਸੌਖਾ ਲੱਗਦਾ ਹੁਣ ਤਾਂ। ਗੁਰੂ ਅਰਜਨ ਦੇਵ ਜੀ ਦੀ ਕਿਹੜੀ ਬਾਣੀ ਵਧੇਰੇ ਪ੍ਰਸਿੱਧ ਹੈ? ਸੁਖਮਨੀ ਸਾਹਿਬ, ਠੀਕ ਹੈ ਜੀ। ਸੁਖਮਨੀ ਸਾਹਿਬ ਯਾਦ ਰੱਖੋ, ਇਹ ਤਾਂ ਤੁਹਾਨੂੰ ਯਾਦ ਆ ਜੀ, ਬੜਾ ਸੌਖਾ ਜਿਹਾ ਪ੍ਰਸ਼ਨ ਹੈ, ਅਤੇ ਪਰ ਫਿਰ ਵੀ ਜਿਹੜੇ ਲਿਟਰੇਚਰ ਦੇ ਸਟੂਡੈਂਟ ਹੈ ਅਤੇ ਉਹਨਾਂ ਨੂੰ ਕਾਫੀ ਸਾਲ ਹੋ ਗਿਆ ਬੀਏ ਕੀਤੀ ਨੂੰ, ਬੀਐਡ ਕੀਤੀ, ਅਤੇ ਟੈਟ ਦਾ ਪੇਪਰ ਦਿੰਦੇ ਆ, ਪੰਜਾਬੀ ਤਾਂ ਕਦੇ ਪੜ੍ਹੀ ਨਹੀਂ, ਦਿਮਾਗ 'ਚੋਂ ਨਿਕਲੀ ਪਈ ਆ ਸਾਰੀ, ਨਾਮ ਦੀ ਸੌਖੀ ਆ ਪੰਜਾਬੀ, ਅਤੇ ਆਪਾਂ ਜਿਹੜੀ ਬਾਕੀਆਂ ਗੱਲਾਂ ਜੀ ਉਹ ਬਾਅਦ 'ਚ ਕਰਾਂਗੇ ਅਗਲੀ ਵੀਡੀਓ ਦੇ ਵਿੱਚ, ਠੀਕ ਹੈ ਜੀ। ਤੁਹਾਨੂੰ PDF ਵੀ ਮਿਲ ਜਾਣਗੇ, ਸਾਰਾ ਕੁਝ ਹੋ ਜੂਗਾ ਜੂਨ ਦੇ ਵਿੱਚ। ਅਤੇ ਇੱਕ ਤੁਸੀਂ ਆਪਣੀ ਕੰਡੀਸ਼ਨ ਜਿਹੜੀ ਹੈਗੀ ਆ ਜੀ, ਉਹਨੂੰ ਥੋੜ੍ਹਾ ਜਿਹਾ ਸੁਧਾਰ ਕਰ ਲਓ, ਕੱਛੂ ਘੁੰਮੇ ਵਾਲੀ ਚਾਲ ਚੱਲਦੇ ਰਹੋ, ਖਰਗੋਸ਼ ਵਾਲੀਆਂ ਛਾਲਾਂ ਨਾ ਮਾਰਿਓ ਪੇਪਰ ਦੇ ਕਰੀਬ ਜਾ ਕੇ, ਕਾਫੀ ਮੁਸ਼ਕਲ ਹੋ ਜੂਗਾ ਕੰਮ ਤੁਹਾਡੇ ਵਾਸਤੇ। ਤੁਸੀਂ ਇਹ ਦੇਖੋ ਨਾ ਜੀ ਕਿ ਜਿਹੜਾ ਟੈਟ ਦੇ ਪੇਪਰ ਵਿੱਚ 15-20 ਹਜ਼ਾਰ ਸਟੂਡੈਂਟ ਤੁਹਾਡੇ ਉੱਪਰ ਆ ਜੀ, ਉਹ ਕੀ ਤੁਹਾਨੂੰ ਆਪਣੇ ਤੋਂ ਅੱਗੇ ਨਿਕਲ ਦੇ ਦੇਗਾ ਸਬਜੈਕਟ ਪੇਪਰ ਵਿੱਚ? ਤੁਹਾਨੂੰ ਸੁਣ ਕੇ ਹੀ ਪਸੀਨਾ ਆ ਰਿਹਾ ਹੋਣਾ ਮੇਰੀ ਗੱਲ, ਪਰ ਇਹ ਸੱਚ ਹੈ, ਠੀਕ ਹੈ ਜੀ। ਕਿਉਂਕਿ ਪੋਸਟਾਂ ਹੁੰਦੀਆਂ ਜਾਂ ਮਤਲਬ 500-600, ਤੁਹਾਨੂੰ ਪਹਿਲਾਂ ਦੱਸਿਆ, ਮੈਂ ਅਖੀਰ 'ਤੇ ਦੱਸ ਰਿਹਾ ਠੰਡੇ ਮਨ ਨਾਲ, ਠੀਕ ਹੈ ਜੀ, ਅੱਧੇ ਮਿੰਟ ਦੇ ਵਿੱਚ ਵਿੱਚ। ਤਾਂ ਉੱਪਰਲੇ ਤੁਸੀਂ 400-500 ਦੇ ਵਿੱਚ ਹੀ ਆਪਣਾ ਨਾਮ ਲੈ ਕੇ ਆਉਣਾ ਨੰਬਰਾਂ ਦੇ ਵਿੱਚ, ਜੇ ਨਹੀਂ ਆ ਰਿਹਾ ਨਾ ਜੀ ਤਾਂ ਫਿਰ ਸਮਝ ਲਓ ਦੁਬਾਰਾ ਪੇਪਰ ਦੇਣਾ ਪੈਣਾ, ਉਹਦੇ ਵਿੱਚ ਪਾਸ ਨਹੀਂ ਹੋਣਾ ਟਿੱਡ ਦੇ ਪੇਪਰ ਦੀ ਤਰ੍ਹਾਂ ਕਿ 82 ਵੀ ਲੈ ਲਏ ਅਤੇ ਇੱਕ ਨੇ 140 ਲੈ ਲਏ ਅਤੇ ਬਰਾਬਰ ਕੰਮ ਹੈ। ਹੋ ਸਕਦਾ ਹੈ ਕਿ ਪਹਿਲੇ ਪੇਪਰ ਵਿੱਚ ਟੈਟ ਦੇ ਨੰਬਰ ਪਲੱਸ ਹੋਏ ਸੀ, ਦੂਜੇ ਪੇਪਰ ਵਿੱਚ ਪਲੱਸ ਨਹੀਂ ਹੋਏ, ਅਤੇ ਸਟੂਡੈਂਟ ਬੜਾ ਉਹਨਾਂ ਦੇ ਮਨ ਵਿੱਚ ਉਦਾਸੀ ਹੈ ਕਿ ਇੱਕ ਬੱਚੇ ਦੇ 90 ਆ, ਇੱਕ ਦੇ 130 ਆ, ਦੋਨਾਂ ਨੂੰ ਬਰਾਬਰ ਗਿਣਨਾ ਕਿੰਨੀ ਕੁ ਸਿਆਣਪ ਹੈ, ਅਤੇ ਇਹ ਰੂਲ ਮੇਰੇ ਹਿਸਾਬ ਨਾਲ ਬਦਲੇਗਾ ਸ਼ਾਇਦ। ਅਤੇ ਜੇ ਰੂਲ ਇਹ ਬਦਲ ਗਿਆ ਤਾਂ ਜ਼ਿਆਦਾ ਨੰਬਰਾਂ ਵਾਲੇ ਜਿਨ੍ਹਾਂ ਨੇ ਮਿਹਨਤ ਜ਼ਿਆਦਾ ਕੀਤੀ ਆ ਟੈਟ ਦੇ ਪੇਪਰ ਵਿੱਚ, ਉਹਨਾਂ ਦਾ ਬਹੁਤ ਭਲਾ ਹੋਵੇਗਾ, ਅਤੇ ਜਿਨ੍ਹਾਂ ਨੇ ਨਹੀਂ ਕੀਤੀ ਮਿਹਨਤ, ਤੀਰ ਤੁੱਕਿਆਂ ਦੇ ਨਾਲ ਨੇੜੇ ਨੇੜੇ ਪਹੁੰਚੇ ਆ, ਉਹ ਇਸ ਪੇਪਰ ਦੇ ਵਿੱਚ ਸਾਰਾ ਜ਼ੋਰ ਲਾ ਲਓ। ਤੁਸੀਂ ਜਿਹੜੇ ਸਟੂਡੈਂਟ ਕਹਿ ਰਹੇ ਆ ਪੇਪਰ ਦਾ ਪਤਾ ਨਹੀਂ ਹੋਣਾ ਨਹੀਂ ਹੋਣਾ, ਮੇਰੇ ਤੋਂ ਲਿਖਾ ਲਓ, ਠੀਕ ਹੈ ਜੀ, ਪੇਪਰ ਹੋਣਾ ਹੀ ਹੋਣਾ। ਲੇਟ ਹੋ ਜੇ ਕੋਈ ਚੱਕਰ ਨਹੀਂ, ਉਨਾ ਹੀ ਤੁਹਾਡਾ ਭਲਾ ਜਿੰਨਾ ਲੇਟ ਹੋਵੇਗਾ।
ਨੰਬਰਾਂ 'ਤੇ ਧਿਆਨ ਦਿਓ, ਮੈਰਿਟ ਦੇ ਵਿੱਚ ਆਉਣਾ ਤੁਸੀਂ, 500 ਪੋਸਟ ਹੋਈ ਤਾਂ ਤੁਸੀਂ ਉੱਪਰਲੇ 500 ਟੋਪ ਸਟੂਡੈਂਟ ਦੇ ਵਿੱਚ ਹੋਣੇ ਚਾਹੀਦੇ ਹੋ। ਤੁਹਾਡੇ ਉੱਪਰ ਬੱਚੇ ਦੇਖੋ ਤੁਸੀਂ ਰਿਜ਼ਲਟ ਜਾ ਕੇ, ਕਿੰਨੇ ਕੁ ਹਜ਼ਾਰਾਂ ਬੱਚਾ ਤੁਹਾਡੇ ਉੱਪਰ ਟਿੱਡਦਾ ਹੈਗਾ, ਕਿ ਉਹ ਤੁਹਾਨੂੰ ਸਬਜੈਕਟ ਪੇਪਰ ਵਿੱਚ ਅੱਗੇ ਨਿਕਲਣ ਦੇਵੇਗਾ। ਨਹੀਂ, ਜੇ 1000 ਸਟੂਡੈਂਟ ਵੀ ਤੁਹਾਡੇ ਸਿਰ ਉੱਪਰ ਬੈਠਾ ਨਾ, ਤਾਂ 1000 ਸਬਜੈਕਟ 'ਚ ਵੀ ਤੁਹਾਡੇ ਸਿਰ 'ਤੇ ਰਹੂਗਾ, ਕਿਉਂਕਿ ਉਹ ਮਿਹਨਤ ਵਾਲੇ ਸਟੂਡੈਂਟ ਹੈ, ਤੁਹਾਡੇ ਵਾਂਗੂ ਨਹੀਂ। ਠੀਕ ਹੈ, ਚਲੋ ਠੀਕ ਹੈ ਜੀ। ਮੈਂ ਤਾਂ ਸਾਰਿਆਂ ਨੂੰ, ਮੈਨੂੰ ਪਤਾ ਕਿ ਮੇਰੇ ਨਾਲ ਚੰਗੇ ਸਟੂਡੈਂਟ ਵੀ ਜੁੜਿਆ, ਕਿਉਂਕਿ ਮੈਂ ਟਿੱਡ ਦੇ ਨੰਬਰ ਪੁੱਛਦਾ ਉਹਨਾਂ ਨੂੰ, ਕਿਸੇ ਦੇ 100, ਇੱਕ ਦੇ 136 ਹੈ ਜੀ, ਇੱਕ ਦੇ 100 ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ 136 ਵਾਲਾ ਹੀ ਹੈ, ਅਤੇ ਬਾਕੀ 120, 112, 118 ਇਸ ਤਰ੍ਹਾਂ ਦੇ ਆ ਸਟੂਡੈਂਟ। ਅਤੇ ਬਹੁਤੇ ਜਿਹੜੇ ਜ਼ਿਆਦਾ ਉਲਟੇ ਸਿੱਧੇ ਸਵਾਲ ਪੁੱਛਦੇ ਆ, ਉਹ ਹੈਗੇ ਆ ਕਿ ਠੀਕ ਠਾਕ ਨੰਬਰਾਂ ਵਾਲੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਖੁੱਲ੍ਹ ਕੇ ਡਿਟੇਲ ਦੇ ਵਿੱਚ ਦੱਸਾਂਗਾ, ਠੀਕ ਹੈ ਜੀ। ਜੂਨ ਦੇ ਪਹਿਲੇ ਹਫ਼ਤੇ ਵਿੱਚ ਤੁਹਾਨੂੰ ਫੁੱਲ ਜਾਣਕਾਰੀ ਮਿਲ ਜੂ, ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕੁਛ ਵੀ, ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਇੰਨੀ ਡਿਟੇਲ ਦੇ ਵਿੱਚ। ਹਾਂ, ਤੁਸੀਂ ਜਾਣਕਾਰੀ ਦੀ ਖਾਤਰ ਹੁਣ ਆਪਣਾ ਸੰਪਰਕ ਬਣਾ ਕੇ ਰੱਖੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।